अस्सलाम वालेकुम, क्या हाल है सारे दोस्तों का। ए जी असी पौधे लगाए सी फुलां वाले, ये कुछ घने लाए सी, हुण असी इन्हां चों जिहड़े जरूरत है तो लगे रहणगे, बाकी असी कढ रहे हैं। हुण असी कपट के दूसरी जगह ते लाउणे आ, इस किस तरह लाउणे आ असी, इह किसी मशीन जी बनाई है जी, इस दे नाल असी कढणे आ। उस्ताद माली शुरू हो, बिस्मिल्ला पढ़। हाँ, ए पटला ए देखो जी, इस तरह नूं पा के इसनों घुमाएगा थोड़ा जा दबा के, इस तरह उत्ते छापर चढ़ाएगा, तो यह पैर ना दबाता है। यह बेहतरीन पौधा थोड़ा आ गया, बाहर निकलिया, किसी जगह पर भी तुसी ट्रांसफर कर सकते हो, आसान तरीका है ये। होर कर भी, एक होर कर। हाँ, यह कर ले। ये ज़्यादा घने से ना जी, तो फुल नहीं इन्ने लगते होंगे, फिर इसके उन्होंने पट के दूसरी जगह शिफ्ट कर दईए। लो जी माशाल्लाह, तो हुण चढ़ाएगा अपना छापर, तो है जी बूटा बाहर आ गया बेहतरीन माशाल्लाह। तुसी भी सेम इस तरीके ना करोगे ना, तो पौधा खराब नहीं हुंदा। बाकी दुआ च याद रखियो जी, अस्सलाम वालेकुम, जक्की नगर। ਇਹ ਨਾ ਅਸੀਂ ਪਹਿਲੇ ਜਿੱਥੋਂ ਬੂਟੇ ਪੱਟੇ ਸੀਗੇ, ਇਹ ਹੁਣ ਦੂਸਰੀ ਜਗ੍ਹਾ 'ਤੇ ਲਾਉਣੇ ਆ, ਇਸੇ ਮਸ਼ੀਨ ਨਾਲ ਹੀ ਖੱਡਾ ਕੱਢ ਲਈਦਾ। ਇਹ ਦੇਖੋ ਨਾ, ਬੜਾ ਬਿਹਤਰੀਨ ਨਿਕਲੇ ਹੁੰਦਾ ਖੱਡਾ, ਅਤੇ ਪੌਦੇ ਦੀ ਗਾਚੀ ਜਿੰਨੀ ਹੁੰਦੀ ਹੈ ਨਾ, ਉਨੀ ਹੀ ਵਿੱਚ ਸਮਝੋ ਕਿ ਮਿੱਟੀ ਨਿਕਲਦੀ ਆ। ਲਓ ਵੀ ਪੌਦਾ ਜਵਾਨ। ਇਹ ਦੇਖੋ ਨਾ, ਅਸੀਂ ਉੱਥੋਂ ਲਾ ਕੇ ਅਤੇ ਆਪਣਾ ਛਾਪਰ ਲਾ ਦਿੱਤਾ ਸੀਗਾ, ਹੁਣ ਛਾਪਰ 'ਚੋਂ ਆਰਾਮ ਨਾਲ ਕੱਢ ਕੇ ਇਸ ਨੂੰ ਵਿੱਚ ਫਿੱਟ ਕਰ ਦੇਣਾ, ਬਿਹਤਰੀਨ ਹੋ ਜਾਣਾ। ਇਸ ਤਰ੍ਹਾਂ ਨਾ ਪੌਦਾ ਮਹਿਫੂਜ਼ ਰਹਿ ਜਾਂਦਾ। ਚਲੋ ਜੀ ਮਾਸ਼ਾਅੱਲਾ, ਲਓ ਇਹਨੂੰ ਹੁਣ ਪਾਣੀ ਦੇ ਦੇਣਾ ਵਾ, ਤਾਂ ਬਿਹਤਰੀਨ ਹੋ ਜਾਣਾ ਪੌਦਾ ਜੀ ਆਪਣਾ ਮਾਸ਼ਾਅੱਲਾ। ਇਹ ਦੇਖੋ ਨਾ, ਆਪਣੀ ਜਾਨ 'ਚ ਖੜਾ ਪੌਦਾ ਹਜੇ ਵੀ। ਤੁਸੀਂ ਵੀ ਸੇਮ ਇਸੇ ਤਰੀਕੇ ਨਾਲ ਲਾਓ, ਇਨਸ਼ਾਅੱਲਾ ਬਿਹਤਰੀਨ ਹੋ ਜਾਣਗੇ ਪੌਦੇ ਤੁਹਾਡੇ। ਦੋਵਾਂ 'ਚ ਯਾਦ ਰੱਖਿਓ, ਅਤੇ ਨਾਲੇ ਸਾਡੇ ਜ਼ੱਕੀ ਨਗਰ ਨੂੰ ਯਾਦ ਰੱਖਿਓ, ਯੂਟਿਊਬ ਚੈਨਲ ਨੂੰ ਸਬਸਕ੍ਰਾਈਬ ਕਰਨਾ, ਉਸ ਤੋਂ ਬਾਅਦ ਸਾਡੀ ਵੀਡੀਓ ਜਿਹੜੀ ਤੁਹਾਨੂੰ ਪਸੰਦ ਆਵੇ ਉਹਨੂੰ ਲਾਈਕ ਸ਼ੇਅਰ ਵੀ ਕਰ ਦਿਆ ਕਰੋ, ਤਾਂ ਕਿ ਜੋ ਮਲੂਮਾਤ ਥੋੜ੍ਹੀ ਬਹੁਤ ਆਪਣੇ ਨੂੰ ਹੈਗੀ ਆ, ਉਹ ਆਪਣੇ ਬਾਕੀ ਭੈਣਾਂ ਭਰਾਵਾਂ ਤੱਕ ਵੀ ਪਹੁੰਚ ਜਾਵੇ। ਵਸਲਾਮ ਮੁਹੰਮਦ ਸ਼ੁਐਬ ਜ਼ੱਕੀ। ਇਹ ਛਾਪਰ ਪੁੱਤ ਅਲੱਗ ਰੱਖਣੇ ਆ।